ਅੱਜ ਅਸੀਂ ਤੁਹਾਨੂੰ ਕਰਾਉਣ ਜਾ ਰਹੇ ਹਾਂ ਐਡਿਟ ਮੈਨੂ। ਐਡਿਟ ਮੈਨੂ ਦੇ ਵਿੱਚ ਸਬ ਮੈਨੂ ਹਨ ਅਨਡੂ, ਰੀਡੋ, ਕੱਟ, ਕਾਪੀ, ਆਫਿਸ ਕਲਿੱਪਬੋਰਡ, ਪੇਸਟ, ਪੇਸਟ ਸਪੈਸ਼ਲ, ਪੇਸਟ ਐਸ ਹਾਈਪਰਲਿੰਕ, ਕਲੀਅਰ, ਸਿਲੈਕਟ ਆਲ, ਫਾਈਂਡ, ਰਿਪਲੇਸ, ਗੋ ਟੂ, ਲਿੰਕਸ, ਆਬਜੈਕਟ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਐਡਿਟ ਦੇ ਵਿੱਚ ਅਨਡੂ। ਅਨਡੂ ਆਪਸ਼ਨ ਲਾਈਕ ਤੁਸੀਂ ਜਿੱਦਾਂ ਦੇਖ ਰਹੇ ਹੋ ਕਿ ਮੈਂ ਇੱਥੇ ਕੁਛ ਡਾਟਾ ਟਾਈਪ ਕਰ ਰਿਹਾ ਹਾਂ। ਟਾਈਪ ਕਰਨ ਦੌਰਾਨ ਅਗਰ ਅਚਾਨਚਕ ਮੇਰੇ ਕੋਲ ਇਹ ਡਾਟਾ ਡਿਲੀਟ ਹੋ ਜਾਵੇ ਤਾਂ ਮੈਂ ਐਡਿਟ ਦੇ ਵਿੱਚ ਜਾ ਕੇ ਅਗਰ ਅਨਡੂ ਤੇ ਕਲਿੱਕ ਕਰਾਂਗਾ ਤਾਂ ਉਹ ਡਾਟਾ ਵਾਪਸ ਆ ਜਾਵੇਗਾ। ਇਸ ਤਰੀਕੇ ਨਾਲ ਸਾਡੇ ਕੋਲ ਕੋਈ ਡਾਟਾ ਕੱਟ ਹੋ ਜਾਵੇ ਜਾਂ ਡਿਲੀਟ ਹੋ ਜਾਵੇ ਤਾਂ ਅਸੀਂ ਅਨਡੂ ਆਪਸ਼ਨ ਦੀ ਮਦਦ ਨਾਲ ਉਸ ਨੂੰ ਵਾਪਸ ਲਿਆ ਸਕਦੇ ਹਾਂ। ਅਗਰ ਦੁਬਾਰਾ ਤੋਂ ਸਾਨੂੰ ਲੱਗੇ ਕਿ ਸਾਨੂੰ ਉਹ ਡਾਟਾ ਨਹੀਂ ਚਾਹੀਦਾ ਸੀ ਜੋ ਅਸੀਂ ਅਨਡੂ ਕਰਕੇ ਲਿਆਂਦਾ ਸੀ ਤਾਂ ਅਸੀਂ ਰੀਡੋ ਸਬ ਮੈਨੂ ਦੀ ਹੈਲਪ ਲੈ ਸਕਦੇ ਹਾਂ। ਰੀਡੋ ਅਨਡੂ ਦੇ ਬਿਲਕੁਲ ਆਪੋਜ਼ਿਟ ਵਰਕ ਕਰਦਾ ਹੈ। ਲਾਈਕ ਅਸੀਂ ਰੀਡੋ ਤੇ ਕਲਿੱਕ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਫਿਰ ਤੋਂ ਰਾਹੁਲ ਕੁਮਾਰ ਹੈ ਜੋ ਡਿਲੀਟ ਹੋ ਜਾਵੇਗਾ। ਇਸ ਤਰੀਕੇ ਨਾਲ ਅਸੀਂ ਐਡਿਟ ਦੇ ਵਿੱਚ ਅਨਡੂ ਤੇ ਰੀਡੋ ਦਾ ਇਸਤੇਮਾਲ ਕਰਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਆਪਸ਼ਨ ਆ ਜਾਂਦੀ ਹੈ ਕੱਟ ਦੀ। ਕਿਸੇ ਵੀ ਵਰਡ ਨੂੰ ਕੱਟ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਉਸ ਨੂੰ ਸਿਲੈਕਟ ਕਰਨਾ ਪਵੇਗਾ। ਅਸੀਂ ਮਾਊਸ ਦੇ ਕਲਿੱਕ ਨੂੰ ਪ੍ਰੈਸ ਕਰਕੇ, ਮਾਊਸ ਨੂੰ ਮੂਵ ਕਰਕੇ ਅਸੀਂ ਡਾਟੇ ਨੂੰ ਸਿਲੈਕਟ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਅਗਰ ਅਸੀਂ ਇਸ ਨੂੰ ਐਡਿਟ ਦੇ ਵਿੱਚ ਜਾ ਕੇ ਕੱਟ ਕਰ ਦਾਂਗੇ ਤਾਂ ਇਹ ਡਾਟਾ ਇਸ ਜਗ੍ਹਾ ਤੋਂ ਕੱਟ ਹੋ ਜਾਵੇਗਾ। ਅਗਰ ਇਸ ਡਾਟੇ ਨੂੰ ਅਸੀਂ ਕਿਸੇ ਹੋਰ ਜਗ੍ਹਾ ਰੱਖਣਾ ਹੋਵੇ ਜਿੱਥੇ ਵੀ ਅਸੀਂ ਰੱਖਣਾ ਚਾਹੁੰਦੇ ਹਾਂ, ਉਦਾਹਰਨ ਵਜੋਂ ਮੈਂ ਇਸ ਡਾਟੇ ਨੂੰ ਇਸ ਜਗ੍ਹਾ ਰੱਖਣਾ ਚਾਹੁੰਦਾ ਹਾਂ ਤਾਂ ਮੈਂ ਐਡਿਟ ਵਿੱਚ ਜਾ ਕੇ ਪੇਸਟ ਕਰ ਦੇਵਾਂਗਾ ਤਾਂ ਇਹ ਡਾਟਾ ਉਸ ਜਗ੍ਹਾ ਤੇ ਪੇਸਟ ਹੋ ਜਾਵੇਗਾ। ਇਸ ਤੋਂ ਅੱਗੇ ਸਾਡੇ ਕੋਲ ਨੈਕਸਟ ਆਪਸ਼ਨ ਆਉਂਦੀ ਹੈ ਐਡਿਟ ਦੇ ਵਿੱਚ ਕਾਪੀ। ਇਹ ਲਾਈਨ ਅਗਰ ਤੁਹਾਨੂੰ ਕਿਸੇ ਹੋਰ ਜਗ੍ਹਾ ਚਾਹੀਦੀ ਹੈ ਤਾਂ ਤੁਸੀਂ ਐਡਿਟ ਦੇ ਵਿੱਚ ਜਾ ਕੇ ਕਾਪੀ ਤੇ ਕਲਿੱਕ ਕਰੋ। ਉਸ ਤੋਂ ਬਾਅਦ ਜਿਸ ਵੀ ਜਗ੍ਹਾ ਤੁਹਾਨੂੰ ਉਹ ਲੈਣ ਚਾਹੀਦੀ ਹੋਵੇ ਤਾਂ ਤੁਸੀਂ ਆਪਣੇ ਮਾਊਸ ਨੂੰ ਉਸ ਜਗ੍ਹਾ ਤੇ ਪਹੁੰਚਾ ਕੇ ਐਡਿਟ ਦੇ ਵਿੱਚ ਜਾ ਕੇ ਪੇਸਟ ਤੇ ਕਲਿੱਕ ਕਰੋਗੇ ਤਾਂ ਉਹ ਲਾਈਨ ਉਸ ਜਗ੍ਹਾ ਆ ਜਾਵੇਗੀ। ਇਸ ਲਾਈਨ ਨੂੰ ਤੁਸੀਂ ਜਿੰਨੀ ਵਾਰੀ ਚਾਹੋ ਪੇਸਟ ਕਰ ਸਕਦੇ ਹੋ। ਇਸ ਤਰੀਕੇ ਨਾਲ ਐਡਿਟ ਦੇ ਵਿੱਚ ਅਸੀਂ ਅਨਡੂ, ਕੱਟ, ਕਾਪੀ, ਪੇਸਟ ਦਾ ਇਸਤੇਮਾਲ ਕਰਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਨੈਕਸਟ ਸਬ ਮੈਨੂ ਹੈ ਆਫਿਸ ਕਲਿੱਪ ਬੋਰਡ। ਆਫਿਸ ਕਲਿੱਪ ਬੋਰਡ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇਸ ਸਾਈਡ ਇੱਕ ਵਿੰਡੋ ਓਪਨ ਹੋ ਜਾਵੇਗੀ। ਇਸ ਦਾ ਇਸਤੇਮਾਲ ਅਸੀਂ ਕਿਸ ਤਰੀਕੇ ਨਾਲ ਕਰਦੇ ਹਾਂ? ਫੋਰ ਐਗਜ਼ਾਮਪਲ, ਅਸੀਂ ਐਫੀਡੇਵਿਟ ਜੋ ਸ਼ਬਦ ਹੈ ਇਸ ਦਾ ਇਸਤੇਮਾਲ ਸਾਡੀ ਵਰਕਿੰਗ ਸ਼ੀਟ ਵਿੱਚ ਵਾਰ ਵਾਰ ਆ ਰਿਹਾ ਹੈ ਤਾਂ ਅਸੀਂ ਐਡਿਟ ਦੇ ਵਿੱਚ ਜਾ ਕੇ ਪਹਿਲਾਂ ਇਸ ਨੂੰ ਕਾਪੀ ਕਰਾਂਗੇ। ਕਾਪੀ ਕਰਨ ਨਾਲ ਕੀ ਹੋਏਗਾ ਕਿ ਉਹ ਜੋ ਸ਼ਬਦ ਹੈ ਉਹ ਆਫਿਸ ਕਲਿੱਪ ਬੋਰਡ ਵਿੱਚ ਸ਼ੋ ਹੋਣਾ ਸ਼ੁਰੂ ਹੋ ਜਾਵੇਗਾ। ਹੁਣ ਜਦੋਂ ਵੀ ਤੁਹਾਨੂੰ ਟਾਈਪਿੰਗ ਕਰਨ ਦੇ ਦੌਰਾਨ ਉਸ ਸ਼ਬਦ ਦੀ ਜ਼ਰੂਰਤ ਪਵੇ ਤਾਂ ਤੁਸੀਂ ਉਸ ਸ਼ਬਦ 'ਤੇ ਕਲਿੱਕ ਕਰੋਗੇ ਤਾਂ ਉਹ ਸ਼ਬਦ ਉਸ ਜਗ੍ਹਾ 'ਤੇ ਆ ਜਾਵੇਗਾ। ਇਸ ਤਰੀਕੇ ਨਾਲ ਅਸੀਂ ਇਸ ਵਿੱਚ ਜਿੰਨੇ ਵੀ ਸ਼ਬਦ ਕਾਪੀ ਕਰਕੇ ਰੱਖਣੇ ਹੋਣ ਅਸੀਂ ਰੱਖ ਸਕਦੇ ਹਾਂ। ਲਾਈਕ ਮੈਂ ਇਸ ਪੂਰੀ ਦੀ ਪੂਰੀ ਲਾਈਨ ਨੂੰ ਸਿਲੈਕਟ ਕੀਤਾ ਹੈ, ਅਗਰ ਇਸ ਨੂੰ ਮੈਂ ਐਡਿਟ ਦੇ ਵਿੱਚ ਜਾ ਕੇ ਕਾਪੀ ਕਰਾਂਗਾ ਤਾਂ ਉਹ ਲਾਈਨ ਇਸ ਜਗ੍ਹਾ ਆ ਜਾਵੇਗੀ। ਅਗਰ ਇਸ ਲਾਈਨ ਨੂੰ ਹੁਣ ਮੈਨੂੰ ਜਿੱਥੇ ਵੀ ਜ਼ਰੂਰਤ ਹੋਵੇ ਤਾਂ ਮੈਨੂੰ ਐਡਿਟ ਦੇ ਵਿੱਚ ਜਾ ਕੇ ਪੇਸਟ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਆਫਿਸ ਕਲਿੱਪ ਬੋਰਡ ਦੀ ਮਦਦ ਨਾਲ ਜਿੰਨੀ ਵਾਰੀ ਵੀ ਉਸ ਲਾਈਨ ਨੂੰ ਪੇਸਟ ਕਰਨਾ ਹੋਵੇ ਤਾਂ ਮੈਂ ਆਫਿਸ ਕਲਿੱਪ ਬੋਰਡ ਦੀ ਮਦਦ ਨਾਲ ਪੇਸਟ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਆਪਸ਼ਨ ਆ ਜਾਂਦੀ ਹੈ ਪੇਸਟ ਦੀ। ਪੇਸਟ ਦੇ ਵਿੱਚ ਜਿੱਦਾਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਜੋ ਵੀ ਡਾਟਾ ਅਸੀਂ ਕੱਟ ਜਾਂ ਕਾਪੀ ਕੀਤਾ ਹੋਵੇ ਤਾਂ ਉਸ ਨੂੰ ਪੇਸਟ ਕਰ ਲਈ, ਯਾਨੀ ਕਿ ਉਸਨੂੰ ਜਿਸ ਜਗ੍ਹਾ ਵੀ ਰੱਖਣਾ ਹੋਵੇ ਉਸ ਜਗ੍ਹਾ ਰੱਖਣ ਲਈ ਅਸੀਂ ਕੱਟ ਕਾਪੀ ਤੋਂ ਬਾਅਦ ਪੇਸਟ ਆਪਸ਼ਨ ਦਾ ਇਸਤੇਮਾਲ ਕਰਦੇ ਹਾਂ।